ਚੌਥਵੀਂ ਕਹਾਣੀ ਯਿਸੂ ਦੂਈਆਂ ਕਹਾਣੀਆਂ ਦੀ ਸਿੱਖਿਆ ਦਿੰਦਾ ਹੈ। ਯਿਸੂ ਪਰਮਾਤਮੇ ਦੇ ਰਾਜ ਦੇ ਬਾਰੇ 'ਚ ਮਤੀਆਂ ਕਹਾਣੀਆਂ ਸੁਣਾਈਆਂ। ਉਦਾਹਰਣੇ ਤਾਈਂ ਤਿੰਨੀ ਗਲਾਇਆ, ਪਰਮਾਤਮੇ ਦਾ ਰਾਜ ਇੱਕ ਰਾਈਏ ਦੇ ਬੀਏ ਸਾਈਏ ਹੈ, ਜਿੰਨੀ ਕੁਨੀ ਆਪਣੀਆਂ ਪੱਟੀਆਂ 'ਚ ਵਾਹੀ ਦਿੱਤਾ। ਤੁਹਾਂ ਜਾਣਦੇ ਹਨ ਕਿ ਰਾਈਏ ਦਾ ਬੀ ਸਾਰਿਆਂ ਬੀਆਂ 'ਚ ਸਭਨਾਂ 'ਤੇ ਛੋਟਾ ਹੁੰਦਾ ਹੈ, ਅਪਰ ਜਾਲੂ ਰਾਈਏ ਦਾ ਬੀ ਵਧੀ ਜਾਂਦਾ ਹੈ ਤਾਂ ਸਹਿ ਬਾਗੇ ਦੇ ਸਾਰਿਆਂ ਰੁੱਖਾਂ 'ਚ ਸਭਨਾਂ 'ਤੇ ਵੱਡਾ ਹੋਈ ਜਾਂਦਾ ਹੈ, ਇਤਨਾ ਵੱਡਾ ਕਿ ਪੰਛੀ ਆਈ ਕਰੀ ਇਸ ਦੀਆਂ ਟਹਿਣੀਆਂ ਪਰ ਆਰਾਮ ਕਰਦੇ ਹਨ। ਇਸ ਮੈਂ ਇੱਕ ਕਹਾਣੀ ਦੱਸੀ, ਪਰਮਾਤਮੇ ਦਾ ਰਾਜ ਖਮੀਰੇ ਸਾਈਏ ਹੈ, ਜਿਸਿਓ ਲਈ ਕਰੀ ਇੱਕ ਜਣਾਸੈ ਆਟੇ ਦੇ ਪੇੜੇ 'ਚ ਮਲਾਈ ਦਿੰਦੀ ਹੈ, ਤਾਲੂ ਸਹਿ ਸਾਰਾ ਪੇੜਾ ਫੈਲੀ ਜਾਂਦਾ ਹੈ। ਸਵਰਗੇ ਦਾ ਰਾਜ ਇਸ ਖਜ਼ਾਨੇ ਦੇ ਸਾਈਏ ਹੈ, ਜਿੰਨੀ ਕੁਨੀ ਪੱਟੀਆਂ 'ਚ ਲਕਾਈ ਦਿੱਤਾ ਉਸੇ ਵੀ ਮਾਣੂਏ ਜੋ ਸਹਿ ਖਜ਼ਾਨਾ ਮਿਲ ਗਿਆ, ਕਨੇ ਤਿੰਨੀ ਤਿਸੀਓ ਪਾਣੀ ਦੀ ਚਾਹ ਕੀਤੀ, ਇਸ ਤਾਈਂ ਤਿੰਨੀ ਤਿਸੀਓ ਫਰੀ ਤੇ ਦਵੀ ਦਿੱਤਾ। ਸਹਿ ਖੁਸ਼ੀਏ ਨੇ ਇਤਨਾ ਭਰਿਆ ਥਾ ਕਿ ਤਿੰਨੀ ਜਾਈ ਕਰੀ ਆਪਣਾ ਸਾਰਾ ਕੁਛ ਵੇਚੀ ਦਿੱਤਾ, ਤਾਂ ਕਿ ਸਹਿ ਤੇ ਸਭ ਪੱਟੀਆਂ ਜੋ ਖਰੀਦੀ ਸਕੇ ਜਿੱਥੋਂ ਸਹਿ ਖਜ਼ਾਨਾ ਥਾ। ਸਵਰਗੇ ਦਾ ਰਾਜ ਇੱਕ ਵੱਡੇ ਕੀਮਤੀ ਸ਼ੁੱਧ ਮੋਤੀਏ ਸਾਈਏ ਵੀ ਹੈ, ਜਾਲੂ ਕੋਈ ਮੋਤੀਆਂ ਦਾ ਵਪਾਰੀ ਤਿਸੀਓ ਪਾਈ ਲੈਂਦਾ ਹੈ ਤਾਂ ਸਹਿ ਤਿਸੀਓ ਖਰੀਦਣੇ ਤਾਈਂ ਆਪਣਾ ਸਾਰਾ ਕੁਛ ਵੇਚੀ ਦਿੰਦਾ ਹੈ। ਉੱਥੋਂ ਕੁਛ ਲੋਕ ਥੇ ਜਿਹੜੇ ਸੋਚਦੇ ਥੇ ਕਿ ਪਰਮਾਤਮਾ ਤਿੰਨਾਂ ਜੋ ਇਸ ਤਾਈਂ ਮੰਨੀ ਕਰੀ ਕਹਿਜੋ ਕਿ ਸਹਿ ਭਲੇ ਕੰਮਾਂ ਕਰਦੇ ਹਨ, ਇਹ ਲੋਕ ਇਹਦੇ ਲੋਕਾਂ ਜੋ ਕੁਛ ਨਹੀਂ ਮੰਨਦੇ ਥੇ ਜਿਹੜੇ ਤਿੰਨਾਂ ਭਲਿਆਂ ਕੰਮਾਂ ਜੋ ਨਹੀਂ ਕਰਦੇ ਥੇ। ਇਸ ਤਾਈਂ ਇਸ ਮੈਂ ਤਿੰਨਾਂ ਜੋ ਇਹ ਕਹਾਣੀ ਦੱਸੀ। ਦੋ ਮਾਣੂ ਥੇ, ਕਨੇ ਦੋਇਓ ਹੀ ਪ੍ਰਾਰਥਨਾ ਕਰਨੇ ਤਾਈਂ ਮੰਦਰੇ 'ਚ ਗਏ, ਤਿੰਨਾਂ 'ਚ ਇੱਕ ਚੁੰਗੀ ਲੈਣੇ ਵਾਲਾ ਥਾ, ਕਨੇ ਦੂਆ ਧਾਰਮਿਕ ਅਗਵਾ ਥਾ। ਤਿੰਨੀ ਧਾਰਮਿਕ ਅਗਵੇ ਇਸ ਤਰੀਕੇ ਨਾਲ ਪ੍ਰਾਰਥਨਾ ਕੀਤੀ, ਹੇ ਪਰਮਾਤਮਾ ਤੇਰਾ ਧੰਨਵਾਦ ਹੈ ਕਿ ਮੈਂ ਮਤਿਆਂ ਲੋਕਾਂ ਸਾਈਏ ਜਿਵੇਂ ਕਿ ਡਾਕੂ ਅਨਿਆਈ ਮਾਣੂ ਵਿਵਚਾਰੀ ਜਾਂ ਇੱਥੋਂ ਤਿਕਰ ਕਿ ਇੱਥੋਂ ਪਰ ਹਾਜ਼ਰ ਤਿਸ ਚੁੰਗੀ ਲੈਣ ਵਾਲੇ ਦੇ ਸਾਈਏ ਇੱਕ ਪਾਪੀ ਨਹੀਂ ਹੈ। ਉਦਾਹਰਨੇ ਤਾਈਂ ਮੈਂ ਹਰ ਹਫ਼ਤੇ 'ਚ ਦੋ ਵਾਰੀ ਉਪਵਾਸ ਰੱਖਦਾ ਹੈ, ਕਨੇ ਮੈਂ ਤੀਜੋ ਮਿਲਣ ਵਾਲੇ ਧਨ ਕਨੇ ਸਮਾਨੇ ਦਾ ਦਸਵਾਂ ਹਿੱਸਾ ਤੀਜੋ ਦਿੰਦਾ ਹੈ, ਅਪਰ ਸਹਿ ਚੁੰਗੀ ਲੈਣ ਵਾਲਾ ਇਸ ਧਾਰਮਿਕ ਅਗਵੇ ਤੇ ਬੜੀ ਦੂਰ ਖੜੂਈ ਗਿਆ, ਤਿੰਨੀ ਉੱਪਰ ਸਵਰਗੇ ਦੇ ਪਾਸੇ ਆਖੀ ਵੀ ਨਹੀਂ ਚੁੱਕੀਆਂ, ਇਸ ਤੇ ਇਲਾਵਾ ਤਿੰਨੀ ਆਪਣੀਆਂ ਮੁੱਠੀਆਂ ਨੇ ਛਾਤੀਏ ਜੋ ਮਾਰਿਆ, ਕਨੇ ਪ੍ਰਾਰਥਨਾ ਕੀਤੀ, ਹੇ ਪਰਮਾਤਮਾ ਕਿਰਪਾ ਕਰਕੇ ਮਿੰਜੋ ਪਰ ਦਇਆ ਕਰ, ਕਜੋ ਕਿ ਮੈਂ ਇੱਕ ਪਾਪੀ ਹੈ। ਫਿਰ ਇਸ ਮੈਂ ਗਲਾਇਆ, ਮੈਂ ਤੁਹਾਂ ਨੇ ਸੱਚ ਗਲਾਂਦਾ ਹੈ, ਪਰਮਾਤਮਾ ਤਿਸ ਚੁੰਗੀ ਲੈਣ ਵਾਲੇ ਦੀ ਪ੍ਰਾਰਥਨਾ ਜੋ ਸੁਣਿਆ, ਕਨੇ ਤੁਸੀਂ ਉਹ ਧਰਮੀ ਗਲਾਇਆ, ਅਪਰ ਤਿੰਨੀ ਤਿਸ ਧਾਰਮਿਕ ਅਗਵੇ ਦੀ ਇਹ ਪ੍ਰਾਰਥਨਾ ਜੋ ਪਸੰਦ ਨਹੀਂ ਕੀਤਾ, ਪਰਮਾਤਮਾ ਹਰ ਇੱਕ ਘਮੰਡੀ ਦੇ ਸਿਰੇ ਜੋ ਨੀਚਾ ਕਰੇਗਾ, ਅਪਰ ਸਹਿ ਹਰ ਤਿਸ ਮਾਣਵੇ ਜੋ ਆਦਰ ਦੇਗਾ ਜਿਹੜਾ ਆਪਣ ਜੋ ਨਮਰ ਕਰਦਾ ਹੈ।